ਬੱਚਿਆਂ ਨੂੰ ਸੱਟਾਂ ਲਾ ਅਸੀਂ ਭਰਜਾਈ ਆਪਣੀ ਦਾ ਸਾਡਾ ਝਗੜਾ ਸੀ ਅਸੀਂ ਉਹਨੂੰ ਲੈਣ ਗਏ ਹਾਂ ਸਾਡੇ ਤੋਂ ਉਹਨਾਂ ਦਾ ਆਯੁਰਵੇਦ ਕਰਤੀ ਸਾਨੂੰ ਉੱਥੇ ਉਹਨਾਂ ਕੁੱਟਮਾਰ ਕੀਤੀ ਸਾਡੇ ਬੱਚੇ ਵੱਢ ਟੁੱਕ ਹੋ ਗਏ ਅਸੀਂ ਰਾਤ ਦੇ ਆਏ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੀ ਇੱਦਾਂ ਹੀ ਰਾਤ ਦੇ ਪਏ ਨੇ ਬੱਚੇ ਬਾਹਰ ਪਏ ਸੀ ਬਹੁਤ ਜ਼ਿਆਦਾ ਸਾਡੀ ਕਾਰਵਾਈ ਹੋਏ ਸਾਡੇ ਬੱਚਿਆਂ ਦਾ ਇਲਾਜ ਹੋਵੇ ਜਿਹੜਾ ਡਾਕਟਰ ਆਉਂਦਾ 2500 ਮੰਗਦਾ ਕੋਈ 2000 ਮੰਗਦਾ ਆਹ ਕਰਾਓ ਕਦੀ ਆਹ ਕਰਾਓ ਕਦੀ ਲੈ ਜਾਓ ਮਰੀਜ਼ ਬਾਹਰ ਲੈ ਜਾਓ ਖਰਚਾ ਨਹੀਂ ਹੈਗਾ ਅਤੇ ਬਾਅਦ 'ਚ ਆ ਜਾਓ ਜੀ ਜਦੋਂ ਖਰਚਾ ਹੋਏਗਾ ਡਾਕਟਰ ਨਾ ਤਾਂ ਲਾਇਆ ਗਿਆ ਹੈ ਵੀ ਇਹ ਹੋਇਆ ਹੋਸਪਿਟਲ ਸਰਕਾਰੀ ਅਤੇ ਇੰਨਾ ਖਰਚਾ ਕਿਉਂ ਲਿਆ ਜਾ ਰਿਹਾ ਸਾਡੇ ਬੱਚਿਆਂ ਨੂੰ ਸੱਟਾਂ ਲਾ ਅਸੀਂ ਭਰਜਾਈ ਆਪਣੀ ਦਾ ਸਾਡਾ ਝਗੜਾ ਸੀ ਅਸੀਂ ਉਹਨੂੰ ਲੈਣ ਗਏ ਹਾਂ ਸਾਡੇ ਤੋਂ ਉਹਨਾਂ ਦਾ ਆਯੁਰਵੇਦ ਕਰਤੀ ਸਾਨੂੰ ਉੱਥੇ ਉਹਨਾਂ ਕੁੱਟਮਾਰ ਕੀਤੀ ਸਾਨੂੰ ਉਹਨਾਂ ਅੰਦਰ ਦੇ ਲਿਆ ਇਹਨਾਂ ਸਾਨੂੰ ਨਹੀਂ ਪਤਾ ਮੁੜ ਕੇ ਲਿਆ ਬਹੁਤ ਛਿਜੇ ਰਹੇ ਹਾਂ ਸਾਡੇ ਬੱਚੇ ਵੱਢ ਟੁੱਕ ਹੋ ਗਏ ਅਸੀਂ ਰਾਤ ਦੇ ਆਏ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੀ ਇੱਦਾਂ ਹੀ ਰਾਤ ਦੇ ਪਏ ਨੇ ਆਉਂਦੇ ਵੀ ਪੈਸੇ ਦਿਓ ਅਤੇ ਇਲਾਜ ਕਰਾਓ ਅਤੇ ਨਹੀਂ ਦੇਖੋ ਲੈ ਜਾਓ ਨਾ ਹਾਂਜੀ ਤਾਂ ਵੀ ਆਉਂਦੇ ਲੈ ਜਾਓ ਇੱਥੋਂ ਨਹੀਂ ਰਾਜ ਸਾਨੂੰ ਮੰਜੇ ਤੱਕ ਬੈੱਡ ਤੱਕ ਨਹੀਂ ਉਹਨਾਂ ਨੇ ਬੱਚੇ ਸਾਡੇ ਪੈਣ ਦਿੱਤੇ ਰਾਜ ਹਾਂਜੀ ਤਾਂ ਕਰਕੇ ਬਾਹਰ ਲਾਇਆ ਸਾਡੇ ਬੱਚੇ ਬਾਹਰ ਪਏ ਸੀ ਬਹੁਤ ਜ਼ਿਆਦਾ ਸਾਡੀ ਕਾਰਵਾਈ ਹੋਏ ਸਾਡੇ ਬੱਚਿਆਂ ਦਾ ਇਲਾਜ ਹੋਵੇ ਕੀ ਹੋਇਆ ਵੀਰ ਜੀ ਰਾਤ ਦਾ ਬੱਚੇ ਵੱਧ ਵੱਟ ਹੋਈ ਮੰਗ ਵਿੱਚ ਰਾਤ ਦੇ ਇੱਥੇ ਲੈ ਕੇ ਆਏ ਹਾਂ ਇੱਥੇ ਵੀਰ ਜੀ ਰਾਤ ਦੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਇੱਥੇ ਜਿਹੜਾ ਡਾਕਟਰ ਆਉਂਦਾ 2500 ਮੰਗਦਾ ਕੋਈ 2000 ਮੰਗਦਾ ਆਹ ਕਰਾਓ ਕਦੀ ਆਹ ਕਰਾਓ ਕਦੀ ਲੈ ਜਾਓ ਮਰੀਜ਼ ਬਾਹਰ ਲੈ ਜਾਓ ਖਰਚਾ ਨਹੀਂ ਹੈਗਾ ਅਤੇ ਬਾਅਦ 'ਚ ਆ ਜਾਓ ਜੀ ਜਦੋਂ ਖਰਚਾ ਹੋਏਗਾ ਇੱਦਾਂ ਵੀਰ ਜੀ ਬੋਲ ਕੇ ਸਾਨੂੰ ਇਹਨਾਂ ਨੇ ਬਾਹਰ ਕੱਢ ਦਿੱਤਾ ਮਰੀਜ਼ਾਂ ਸਾਡੇ ਸਾਰਿਆਂ ਨੂੰ ਸਾਨੂੰ ਦੋ ਭੈਣਾਂ ਨੂੰ ਅੰਦਰ ਬੋਤਲ ਲਾ ਦਿੱਤੀ ਅਤੇ ਅਸੀਂ ਕਿਹਾ ਵੀ ਜਿੱਥੇ ਸਾਡੇ ਮਰੀਜ਼ ਗਏ ਉੱਥੇ ਅਸੀਂ ਜਾਣਾ ਅਸੀਂ ਕੋਈ ਬੋਤਲ ਨਹੀਂ ਲਵਾਉਣੀ ਧਰਨਾ ਕਿਉਂ ਲਾਇਆ ਗਿਆ ਧਰਨਾ ਤਾਂ ਲਾਇਆ ਗਿਆ ਹੈ ਵੀ ਇਹ ਹੋਇਆ ਹੋਸਪਿਟਲ ਸਰਕਾਰੀ ਅਤੇ ਇੰਨਾ ਖਰਚਾ ਕਿਉਂ ਲਿਆ ਜਾ ਰਿਹਾ ਅਤੇ ਤੁਸੀਂ ਕਿੱਥੋਂ ਆਏ ਜੀ ਕਿਹੜੇ ਪਿੰਡ ਅਸੀਂ ਵੀ ਆਏ ਵਾਣਾ ਤੋਂ ਜਨਾਲੇ ਲਾ ਗਏ ਜਨਾਲੇ ਤੋਂ ਜਨਾਲੇ ਤੋਂ ਹੁਣ ਤੁਹਾਨੂੰ ਪੁਲਿਸ ਵਾਲਿਆਂ ਨੇ ਕੀ ਕਿਹਾ ਹੁਣ ਕਹਿੰਦੇ ਵੀ ਤੁਹਾਡਾ ਫੁੱਲ ਤੋਂ ਫੁੱਲ ਇਲਾਜ ਹੋਊਗਾ ਜੇ ਨਾ ਹੋਊਗਾ ਫਿਰ ਅਸੀਂ ਆਪਣੀ ਕਾਰਵਾਈ ਕਰਾਂਗੇ ਜੋ ਹੋਏਗੀ ਮੌਕੇ ਤੇ ਆਏ ਕੀ ਹੋਇਆ ਕਿਉਂ ਅਸੀਂ ਮਰੀਜ਼ਾਂ ਨੂੰ ਬਾਹਰ ਕਿਉਂ ਲੈ ਕੇ ਆਏ ਉਹ ਪ੍ਰੋਬਲਮ ਕਹਿੰਦੇ ਸਾਡੇ ਦਾਖਲ ਨਹੀਂ ਕਰਨ ਦੇ ਦਾਖਲ ਕਰਾਉਣ ਵਾਸਤੇ ਹੁਣ ਡਾਕਟਰਾਂ ਨੂੰ ਪੁੱਛਣਾ ਹੈ ਕਾਰਨ ਕੀ ਹੈ ਉਹ ਕਹਿੰਦੇ ਕਿ ਪੈਸੇ ਵੀ ਦਿਓ ਕਿ ਇਹ ਤਾਂ ਸਰਕਾਰੀ ਆਹ ਤੇ ਉਹਨਾਂ ਨੂੰ ਪਤਾ ਹੋਊ ਜੀ ਮਹਿੰਗਾਈਆਂ ਨੂੰ ਪਤਾ ਹੋਊਗਾ ਸਾਨੂੰ ਕੁਝ ਪਤਾ ਨਹੀਂ ਤੁਸੀਂ ਕੀ ਕਰਨ ਚੱਲੇ ਜੀ ਮਰੀਜ਼ਾਂ ਨੂੰ ਲੈ ਕੇ ਚੱਲੇ ਪੁੱਛਣ ਚੱਲੇ ਡਾਕਟਰ ਸਾਹਿਬ ਨੂੰ ਕਿ ਕੀ ਕਾਰਨ ਕੀ ਹੈ ਇਹਨਾਂ ਦਾ